ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਸ ਸੂਰਬੀਰ ਯੋਧੇ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਜਿਹੜਾ ਨਾਮ ਹੈ ਉਹ ਕਮਾਇਆ। ਬੇਸ਼ੱਕ ਉਮਰ ਬੜੀ ਛੋਟੀ ਸੀ ਪਰ ਜਜ਼ਬਾ ਬੜਾ ਵੱਡਾ ਸੀ। ਜਲ੍ਹਿਆਂਵਾਲਾ ਬਾਗ ਦਾ ਜਿਹੜਾ ਬਦਲਾ ਲੈਣ ਦੇ ਲਈ ਉਹਨਾਂ ਨੇ ਆਪਣੀ ਜਿਹੜੀ ਹੈ ਜਾਨ ਤਖਤ ਦੀ ਹੈ ਕੁਰਬਾਨ ਕਰ ਦਿੱਤੀ। ਜੇਕਰ ਉਹਨਾਂ ਦੇ ਜੱਦੀ ਪਿੰਡ ਦੀ ਗੱਲ ਕੀਤੀ ਜਾਵੇ, ਜੱਦੀ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ ਮੁਤਾਬਿਕ ਅਸੀਂ ਅੱਜ ਉਹਨਾਂ ਦੇ ਪਿੰਡ ਪਹੁੰਚੇ ਹਾਂ ਸੁਨਾਮ ਵਿਖੇ, ਜਿਹਦਾ ਕਿ ਜੱਦੀ ਘਰ ਹੈ। ਜੱਦੀ ਪੁੱਤੀ ਕਿਵੇਂ ਉਹਨਾਂ ਨੇ ਜਿਹੜਾ ਆਪਣਾ ਜੀਵਨ ਬਤੀਤ ਕੀਤਾ, ਕੀ ਹੈ ਉਹਨਾਂ ਦੇ ਘਰ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹੀਦ ਊਧਮ ਸਿੰਘ ਜਿਹੜੇ ਨੇ ਉਹ ਛੋਟੀ ਉਮਰ ਦੇ ਵਿੱਚ ਘਰ ਤੋਂ ਜਿਹੜੇ ਉਹ ਯਤੀਮ ਹੋ ਗਏ ਸਨ, ਯਾਨੀ ਕਿ ਉਹਨਾਂ ਦੇ ਸਿਰ ਤੋਂ ਮਾਤਾ ਪਿਤਾ ਜਿਹੜਾ ਸਾਇਆ ਉਹ ਉੱਠ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਯਤੀਮ ਖਾਨੇ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। 10ਵੀਂ ਦੀ ਕਲਾਸ ਜਿਹੜੀ ਉਹਨਾਂ ਨੇ ਯਤੀਮ ਖਾਨੇ ਦੇ ਵਿੱਚ ਕੀਤੀ, ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਉਹ ਸਮਾਂ ਬਿਤਾਇਆ। ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜਾ ਜੱਦੀ ਘਰ ਹੈ ਸੁਨਾਮ ਵਿਖੇ, ਉੱਥੇ ਲੈ ਕੇ ਚੱਲਦੇ ਆ ਤੁਹਾਨੂੰ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ, ਹੁਣ ਘਰ ਦੇ ਵਿੱਚ ਕੀ ਕੁਛ ਮੌਜੂਦ ਹੈ, ਆਓ ਚੱਲਦੇ ਆ ਉਹਨਾਂ ਦੇ ਜੱਦੀ ਘਰ। ਜਗੀਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਜਿਹੜੇ ਊਧਮ ਸਿੰਘ ਸ਼ਹੀਦ ਜੀ ਸੀ, ਕਿ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਕਿੰਨਾ ਸਮਾਂ ਬਤੀਤ ਕੀਤਾ ਅਤੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਜਿਹੜੇ ਸ਼ਖਸ ਮੌਜੂਦ ਸਨ, ਅਤੇ ਇਹੀ ਜਗ੍ਹਾ ਜਦੋਂ ਉਹ ਆਪਣੀਆਂ ਯਾਦਾਂ ਜਿਹੜਾ ਇੱਥੇ ਇਸ ਬਚਪਨ ਦੇ ਵਿੱਚ ਗੁਜ਼ਾਰਦੇ ਸਨ? ਸਾਡੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜੀ ਅਨੇਕਾਂ ਜਿਨ੍ਹਾਂ ਨੇ ਆਪਾਂ ਕੁਰਬਾਨ ਕੀਤਾ, ਉਹਨਾਂ ਸੁਤੰਤਰਤਾ ਸੰਗਰਾਮੀਆਂ ਦੀ ਲਿਸਟ ਹੈ, ਬੜੀ ਲੰਬੀ ਹੈ, ਅਤੇ ਉਸ ਲਿਸਟ ਦੇ ਅੰਦਰ ਸਾਨੂੰ ਫਖਰ ਹੈ ਕਿ ਸਾਡੇ ਸੁਨਾਮ ਦੇ ਜੰਮਪਲ ਸਰਦਾਰ ਊਧਮ ਸਿੰਘ ਦਾ ਨਾਮ ਵੀ ਇੱਕ ਚਮਕਦੇ ਸਿਤਾਰੇ ਵਾਂਗੂ ਚਮਕਦਾ। ਜਿਹੜੇ ਸ਼ਹੀਦ ਹੁੰਦੇ ਨੇ ਕੌਮ ਦਾ ਬਹੁਤ ਵੱਡਾ ਸਰਮਾਇਆ ਹੁੰਦੇ ਨੇ, ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਭਗਤੀ ਦੇ ਜਜ਼ਬੇ ਨੂੰ ਜਿਉਂਦਾ ਰੱਖਦੀਆਂ ਨੇ, ਕਾਇਮ ਰੱਖਦੀਆਂ ਨੇ। ਜਿਸ ਜਗ੍ਹਾ ਦੇ ਉੱਤੇ ਇਸ ਵੇਲੇ ਅਸੀਂ ਖੜ੍ਹੇ ਹਾਂ, ਇਹ ਸਰਦਾਰ ਊਧਮ ਸਿੰਘ ਦਾ ਜੱਦੀ ਘਰ ਹੈ। ਇੱਥੇ ਉਹਨਾਂ ਦਾ 26 ਦਸੰਬਰ 1899 ਪਿਤਾ ਟਹਿਲ ਸਿੰਘ ਅਤੇ ਮਾਤਾ ਨਰਾਇਣ ਕੌਰ ਦੇ ਘਰ ਇੱਕ ਕੰਬੋਜ ਪਰਿਵਾਰ ਦੇ ਅੰਦਰ ਉਹਨਾਂ ਦਾ ਜਨਮ ਹੋਇਆ, ਅਤੇ ਇੱਥੇ ਉਹਨਾਂ ਨੇ ਸਿਰਫ 7 ਸਾਲ ਬਤੀਤ ਕੀਤੇ, ਕਿਉਂਕਿ 7 ਸਾਲਾਂ ਦੇ ਅੰਦਰ ਹੀ ਪਹਿਲਾਂ ਮਾਤਾ ਚਲਾਉਣਾ ਕਰ ਗਈ, ਫਿਰ ਪਿਤਾ ਜੀ ਚਲਾਉਣਾ ਕਰ ਗਏ, ਅਤੇ ਜਦੋਂ ਦੋਵੇਂ ਭਰਾ ਯਤੀਮ ਹੋ ਗਏ, ਪਰਿਵਾਰਕ ਨਾਂ ਊਧਮ ਸਿੰਘ ਦਾ ਸ਼ੇਰ ਸਿੰਘ ਸੀ, ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ, ਤਾਂ ਇਹਨਾਂ ਦੋਵੇਂ ਯਤੀਮ ਭਰਾਵਾਂ ਨੂੰ ਸਾਡੇ ਸਤਿਕਾਰਯੋਗ ਗਿਆਨੀ ਚੈਂਚਲ ਸਿੰਘ ਜੀ ਨੇ ਅੰਮ੍ਰਿਤਸਰ ਦੇ ਸੈਂਟਰਲ ਯਤੀਮ ਖਾਨੇ ਦੇ ਅੰਦਰ ਭਰਤੀ ਕਰਵਾਇਆ, ਤਾਂ ਕਿ ਦੋਵੇਂ ਬੱਚੇ ਪੜ੍ਹ ਲਿਖ ਕੇ ਕੁਝ ਕੰਮ ਕਾਰ ਕਰਨਾ ਸਿੱਖ ਕੇ ਆਪਣੇ ਜੀਵਨ ਦੇ ਅੰਦਰ ਆਪਣੇ ਪੈਰੀ ਤਾਨ ਖੜ੍ਹਾ ਹੋ ਸਕਣ। ਇੱਥੇ ਯਤੀਮ ਖਾਨੇ ਦੇ ਅੰਦਰ ਸਰਦਾਰ ਊਧਮ ਸਿੰਘ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਗਿਆ। 1917 ਦੇ ਅੰਦਰ ਸਰਦਾਰ ਊਧਮ ਸਿੰਘ ਹੋਰਾਂ ਨੇ 10ਵੀਂ ਦਾ ਇਗਜ਼ਾਮ ਪਾਸ ਕੀਤਾ, 10ਵੀਂ ਪਾਸ ਕੀਤੀ, ਅਤੇ ਇੱਥੇ ਟ੍ਰੈਜਡੀ ਇੱਕ ਹੋਰ ਵਾਪਰੀ ਕਿ ਇਹਨਾਂ ਦਾ ਵੱਡਾ ਭਰਾ ਸਾਧੂ ਸਿੰਘ ਵੀ ਨਮੂਨੀ ਦੇ ਨਾਲ ਉਸਦੀ ਵੀ ਮੌਤ ਹੋ ਗਈ। ਸਾਰੀ ਦੁਨੀਆ ਦੇ ਅੰਦਰ ਸਰਦਾਰ ਊਧਮ ਸਿੰਘ ਕੱਲਮ ਕੱਲਾ ਰਹਿ ਗਿਆ, ਨਾ ਕੋਈ ਭੈਣ ਨਾ ਕੋਈ ਭਰਾ, ਸ਼ਾਇਦ ਕੁਦਰਤ ਨੇ ਉਸ ਤੋਂ ਕੋਈ ਵੱਡਾ ਕੰਮ ਲੈਣਾ ਸੀ, ਉਸ ਦੇ ਵਾਸਤੇ ਉਸਨੂੰ ਤਿਆਰ ਕੀਤਾ ਜਾ ਰਿਹਾ ਸੀ। 13 ਅਪ੍ਰੈਲ 1919 ਦਾ ਜਿਹੜਾ ਪੰਜਾਬ ਦੇ ਗਵਰਨਰ ਸਰ ਮਾਈਕਲ ਉਡਵੈਰ ਦੇ ਹੁਕਮ ਦੇ ਨਾਲ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਰੋਲਟ ਐਕਟ ਦਾ ਵਿਰੋਧ ਕਰਦੇ ਅਤੇ ਆਪਣੇ ਲੀਡਰਾਂ ਦੀ ਰਿਹਾਈ ਵਾਸਤੇ ਜਿਹੜੇ ਪੰਜਾਬੀ ਹਿੰਦੁਸਤਾਨੀ ਇਕੱਠੇ ਹੋਏ, ਉਹਨਾਂ ਦੇ ਉੱਤੇ ਬਿਨਾਂ ਕਿਸੇ ਚੇਤਾਵਨੀ ਤੋਂ ਜਿਹੜੀ ਗੋਲੀ ਚਲਾਈ, ਗੋਲੀ ਖੂਨੀ ਸਾਕਾ ਕੀਤਾ,
ਅਤੇ ਉਸ ਗੋਲੀਕਾਂਡ ਦੇ ਅੰਦਰ ਤਕਰੀਬਨ 379 ਬੰਦੇ ਸ਼ਹੀਦ ਹੋਏ। ਉਸ ਉਹਨਾਂ ਦੇ ਸਰਕਾਰੀ ਹੰਟਰ ਕਮਿਸ਼ਨ ਦੇ ਅਨੁਸਾਰ ਵੀ 1200 ਜ਼ਖਮੀ ਹੋਏ ਅਤੇ ਇਹਨਾਂ ਸ਼ਹੀਦਾਂ ਦੇ ਅੰਦਰ 42 ਬੱਚੇ ਸ਼ਹੀਦ ਹੋਏ। ਉਹਨਾਂ 42 ਬੱਚਿਆਂ ਦੇ ਅੰਦਰ ਇੱਕ 7 ਸਾਲ ਦਾ ਬੱਚਾ 7 ਮਹੀਨਿਆਂ ਦਾ ਬੱਚਾ ਵੀ ਸ਼ਹੀਦ ਹੋਇਆ, ਜਿਹਨੂੰ ਪਤਾ ਹੀ ਨਹੀਂ ਕਿ ਬਗਾਵਤ ਕੀ ਚੀਜ਼ ਹੁੰਦੀ ਹੈ। ਦੇਖੋ, ਜਵੈ ਬਾਣ ਲਾਗਿਓ ਤਵੇ ਰੋਸ ਜਾਗਿਓ, ਇਹ ਸਾਰਾ ਖੂਨੀ ਕਾਂਡ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦੇ ਅੰਦਰ ਜੋ ਕਿ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ, ਉਸ ਨੇ ਆਪਣੇ ਅੱਖੀਂ ਵੇਖਿਆ ਅਤੇ ਆਪਣੀ ਹੱਡੀ ਹੰਢਾਇਆ ਅਤੇ ਇਸ ਸਾਰੇ ਕੁਛ ਨੂੰ ਵੇਖ ਕੇ ਉਸਦੇ ਮਨ ਦੇ ਅੰਦਰ ਇੱਕ ਰੋਹ ਪੈਦਾ ਹੋਇਆ, ਇੱਕ ਰੋਸ ਪੈਦਾ ਹੋਇਆ ਅੰਗਰੇਜ਼ ਸਰਕਾਰ ਦੇ ਖਿਲਾਫ, ਬਰਤਾਨੀਆ ਸਰਕਾਰ ਦੇ ਖਿਲਾਫ ਜਿਹੜੀ ਸਾਡੇ ਭਾਰਤੀਆਂ ਦੇ ਉੱਤੇ ਇਤਨਾ ਜਬਰੋ ਜ਼ੁਲਮ ਕਰ ਰਹੀ ਹੈ। ਇਸ ਰੋਹ ਵਿੱਚੋਂ ਉਸਨੇ ਇੱਕ ਪ੍ਰਤੀਗਿਆ ਕੀਤੀ, ਪ੍ਰਤੀਗਿਆ ਇਹ ਕੀਤੀ ਕਿ ਜਿਤਨਾ ਚਿਰ ਮੈਂ ਇਸ ਖੂਨੀ ਕਾਂਡ ਦਾ ਬਦਲਾ ਨਹੀਂ ਲੈ ਲੈਂਦਾ ਅਤੇ ਮੈਂ ਆਪਣੇ ਦੇਸ਼ ਨੂੰ ਬਰਤਾਨੀਆ ਸਰਕਾਰ ਤੋਂ ਆਜ਼ਾਦ ਨਹੀਂ ਕਰਵਾ ਲੈਂਦਾ, ਉਤਨਾ ਚਿਰ ਮੈਂ ਟਿਕ ਕੇ ਨਹੀਂ ਬੈਠਾਂਗਾ। ਅਤੇ ਜਿਸ ਤਰ੍ਹਾਂ ਗੱਲ ਕੀਤੀ ਹੈ ਤੁਸੀਂ, ਜੇਕਰ ਉਹਨਾਂ ਦੇ ਮਨ ਦੇ ਵਿੱਚ ਬੜਾ ਜਜ਼ਬਾ ਸੀ, ਬੜਾ ਜਨੂੰਨ ਸੀ, ਇਹਨੇ ਛੋਟੀ ਉਮਰ ਦੇ ਵਿੱਚ ਜਿਹੜਾ ਇੰਨਾ ਵੱਡਾ ਕੰਮ ਕਰ ਗਏ ਉਹ, ਜੇਕਰ ਗੱਲ ਕੀਤੀ ਜਾਵੇ ਇਸ ਜੱਦੀ ਘਰ ਦੀ, ਸੱਤ ਸਾਲ ਦੀ ਗੱਲ ਕਰਿਆ, 6-7 ਸਾਲ ਦਾ ਜਿਹੜਾ ਸਮਾਂ ਉਹ ਘਰ ਦੇ ਵਿੱਚ ਬਤੀਤ ਕੀਤਾ, ਕੁਛ ਯਾਦਾਂ ਕਿਉਂਕਿ ਤੁਸੀਂ ਵੀ ਸਨਾਮ ਦੇ ਵਸਨੀਕ ਹੋ, ਕੋਈ ਯਾਦਾਂ ਹੋਣ ਵੀ ਕਿਵੇਂ ਜਿਹੜਾ ਘਰ ਦੇ ਵਿੱਚ ਉਹ ਰਹਿੰਦੇ ਸੀ, ਕਿੰਨਾ ਕੁ ਲੋਕਾਂ ਦਾ ਪਿਆਰ ਮਿਲਦਾ ਸੀ ਅਤੇ ਕਿਵੇਂ ਸਮਾਂ ਉਹ ਬਤੀਤ ਕਰਦੇ ਸੀ? ਉਹ ਗਰੀਬ ਪਰਿਵਾਰ ਸੀ, ਇਹਨਾਂ ਦੇ ਪਿਤਾ ਸਰਦਾਰ ਟਹਿਲ ਸਿੰਘ ਜੀ ਨਾਲ ਹੀ ਪਟਵਾਰਖਾਨਾ, ਇੱਥੇ ਸਰਦਾਰ ਧੰਨਾ ਸਿੰਘ ਨਹਿਰੀ ਓਵਰਸੀ ਰਹਿੰਦੇ ਸੀ ਜੀ, ਉਹਨਾਂ ਨੇ ਉਸਨੂੰ ਨਹਿਰ ਨੀਲੋਵਾਲ ਨਹਿਰ ਦੇ ਉੱਤੇ ਨੌਕਰੀ ਦਿੱਤੀ ਹੋਈ ਸੀ ਅਤੇ ਬਸ ਇਸ ਆਈ ਚਲਾਈ ਦੇ ਨਾਲ ਇਹ ਪਰਿਵਾਰ ਆਪਣੀ ਪਾਲਣਾ ਕਰ ਰਿਹਾ ਸੀ। ਇਸ ਤਰੀਕੇ ਦੇ ਨਾਲ ਜਦੋਂ ਪਲੇਗ ਦੀ ਬਿਮਾਰੀ ਪਈ ਹੈ 1905-6 ਦੇ ਅੰਦਰ, ਉਦੋਂ ਮਾਤਾ ਚੜ੍ਹਾਈ ਕਰ ਗਿਆ, 1907 ਦੇ ਅੰਦਰ ਸਰਦਾਰ ਟਹਿਲ ਸਿੰਘ ਚੜ੍ਹਾਈ ਕਰ ਗਿਆ ਅਤੇ ਉਸ ਤੋਂ ਬਾਅਦ ਯਤੀਮ ਹੋ ਗਿਆ ਅਤੇ ਯਤੀਮ ਬੱਚਿਆਂ ਨੂੰ ਸਰਦਾਰ ਗਿਆਨੀ ਚੰਚਲ ਸਿੰਘ ਹੋਰਾਂ ਨੇ ਦਾਖਲ ਕਰਵਾਇਆ ਸੀ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਦੇ ਅੰਦਰ। ਠੀਕ ਹੈ, ਅਤੇ ਪਰਿਵਾਰ ਦੀ ਗੱਲ ਕੀਤੀ ਜਾਵੇ, ਬੇਸ਼ੱਕ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਜਿਹੜਾ ਸਾਰਾ ਉਹ ਖਤਮ ਹੋ ਚੁੱਕਿਆ ਸੀ, ਤਾਂ ਜੱਦੀ ਘਰ ਦੀ ਗੱਲ ਕੀਤੀ ਜਾਵੇ, ਹੁਣ ਜੱਦੀ ਘਰ ਦੇ ਵਿੱਚ ਉਸ ਦੀ ਜਿਹੜੀ ਹੈ ਦੇਖਭਾਲ ਕੌਣ ਕਰ ਰਿਹਾ ਅਤੇ ਕੀ ਕੁਝ ਖਾਸ ਇੱਥੇ ਜਿਹੜਾ ਲੱਗਿਆ ਹੋਇਆ ਘਰ ਦੇ ਵਿੱਚ ਤਾਂ ਕਿ ਜਿਹੜੇ ਲੋਕ ਨੇ ਉਹ ਦੇਖਣ ਵਾਸਤੇ ਆਉਂਦੇ ਨੇ? ਇਸ ਜੱਦੀ ਘਰ ਨੂੰ ਸੰਭਾਲਣ ਵਾਸਤੇ, ਇਸ ਨੂੰ ਕਿ ਯਾਦਗਾਰ ਬਣਾਉਣ ਦੇ ਵਾਸਤੇ ਸਨਾਮ ਨਿਵਾਸੀ ਬੜਾ ਯਤਨਸ਼ੀਲ ਰਹੇ, ਖਾਸ ਕਰਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਹੈ, ਉਹਨਾਂ ਨੇ ਸਰਕਾਰ ਦੇ ਨਾਲ ਵੀ ਚਿੱਠੀ ਪੱਤਰ ਕੀਤਾ, ਉਹਨਾਂ ਨੂੰ ਵੀ ਅਰਜ਼ੀਆਂ ਬੇਨਤੀਆਂ ਕੀਤੀਆਂ ਪਰ ਨਹੀਂ ਗੌਰ ਹੋਈ, ਤਾਂ ਉਹਨਾਂ ਨੇ ਆਪਣੇ ਕੋਲੋਂ 90,000 ਰੁਪਇਆ ਇਕੱਠਾ ਕੀਤਾ। ਇਸ ਮਾਲਕ ਤੋਂ ਇਹ ਮਕਾਨ ਉਹਨਾਂ ਨੇ ਖਰੀਦਿਆ, ਖਰੀਦਣ ਤੋਂ ਬਾਅਦ ਸਰੜੀ ਕੇਨਾ ਸਰਕਾਰ ਨੇ ਉਸ ਨੂੰ ਅਡੋਪਟ ਕੀਤਾ ਅਤੇ ਇਸ ਨੂੰ ਕੌਮੀ ਯਾਦਗਾਰ ਵਜੋਂ ਉਸ ਤੋਂ ਬਾਅਦ ਮਾਨਤਾ ਦਿੱਤੀ ਅਤੇ ਇੱਥੇ ਉਹਨਾਂ ਦੇ ਨਾਲ ਸੰਬੰਧਿਤ ਤਸਵੀਰਾਂ ਵੀ ਲਾਈਆਂ ਹੋਈਆਂ ਨੇ। ਬ੍ਰਿਕਸਟਨ ਜੇਲ੍ਹ ਵਿੱਚੋਂ ਜੋ ਉਹਨਾਂ ਨੇ ਚਿੱਠੀਆਂ ਲਿਖੀਆਂ ਸਰਦਾਰ ਊਧਮ ਸਿੰਘ ਜੀ ਹੋਰਾਂ ਨੇ, ਉਹ ਚਿੱਠੀਆਂ ਦਾ ਅਨੁਵਾਦ ਇੱਥੇ ਲਾਇਆ ਹੋਇਆ। ਇੱਥੇ ਗਿਆਨੀ ਚੈਂਚਲ ਸਿੰਘ ਹੋਰਾਂ ਦੀ ਤਸਵੀਰ ਲੱਗੀ ਹੋਈ ਹੈ ਜਿਨ੍ਹਾਂ ਨੇ ਇਹਨਾਂ ਯਤੀਮ ਭਰਾਵਾਂ ਨੂੰ ਸੈਂਟਰਲ ਯਤੀਮਖਾਨੇ ਦੇ ਅੰਦਰ ਦਾਖਲ ਕਰਵਾਇਆ ਸੀ। ਬੰਦੂਕ ਦੀ ਗੱਲ ਕੀਤੀ, ਜਿਹੜੀ ਉਹਨਾਂ ਕੋਲ ਰਫਲ ਸੀ ਜਾਂ ਬੰਦੂਕ ਸੀ ਜੀ, ਉਹ ਅਜੇ ਤੱਕ ਵੀ ਇਹਨਾਂ ਦੇ ਪਰਿਵਾਰ ਕੋਲ ਮੌਜੂਦ ਹੈ? ਕਿਉਂਕਿ ਜਿਹੜੇ ਲੋਕ ਨੇ, ਜਿਹੜੇ ਬੱਚੇ ਨੇ, ਇਸ ਜਿਹੜਾ ਨਵੀਂ ਪੀੜ੍ਹੀ ਨੂੰ ਅਜੇ ਤੱਕ ਜਿਹੜਾ ਬਹੁਤ ਘੱਟ ਗਿਆਨ ਹੈ ਕਿ ਉਹ ਜਦੋਂ ਦੇਖਣ ਵਾਸਤੇ ਆਉਂਦੇ ਨੇ ਕਿ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਉਹਨਾਂ ਨੂੰ? ਦੇਖੋ, ਬੰਦੂਕ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸ਼ਾਇਦ ਗੁਪਤ ਰਹਿਣ,
ਗੁਪਤ ਹੋਣਗੀਆਂ। ਪਰ ਜਦੋਂ 1924 ਦੇ ਅੰਦਰ ਸਰਦਾਰ ਊਧਮ ਸਿੰਘ ਅਮਰੀਕਾ ਫਰਾਂਸ ਕੋ ਜਾ ਕੇ ਗਾਦਰ ਪਾਰਟੀ ਦੇ ਮੈਂਬਰ ਬਣੇ ਤੇ ਗਾਦਰ ਪਾਰਟੀ ਦੇ ਮੈਂਬਰ ਵੀ ਸਰਗਰਮ ਮੈਂਬਰ ਬਣੇ ਤਾਂ ਇਨਰ ਕੌਂਸਲ ਦੇ ਹੁਕਮ ਦੇ ਨਾਲ ਭਾਰਤ ਦੇ ਹਿੰਦੁਸਤਾਨ ਦੇ ਗਦਰੀਆਂ ਵਾਸਤੇ ਕੁਝ ਸਾਹਿਤ ਅਤੇ ਕੁਝ ਅਸਲਾ ਲੈ ਕੇ ਸਨ 1927 ਦੇ ਅੰਦਰ ਪੰਜਾਬ ਆਏ। ਪੰਜਾਬ ਆਏ ਤਾਂ ਅੰਮ੍ਰਿਤਸਰ ਦੇ ਅੰਦਰ ਕਿਸੇ ਦੇ ਮੁਖਬਰੀ 'ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਜੋ ਐਡੀਸ਼ਨਲ ਮੈਜਿਸਟਰੇਟ ਸੀ ਸਰਦਾਰ ਬਿਸ਼ਨ ਸਿੰਘ, ਉਹਨਾਂ ਦੇ ਪੇਸ਼ ਕੀਤਾ। ਉਹਨੇ ਪੁੱਛਿਆ ਇਹ ਹਥਿਆਰ ਕਾਹਦੇ ਕਾਸਤ ਵਾਸਤੇ ਰੱਖੇ ਨੇ। ਉਹ ਗੱਲ ਸੁਣਨ ਵਾਲੀ ਹੈ ਜਿਹੜਾ ਉਸ ਵੇਲੇ ਸਰਦਾਰ ਊਧਮ ਸਿੰਘ ਨੇ ਜਵਾਬ ਦਿੱਤਾ। ਕਹਿਣ ਲੱਗੇ ਇਹ ਹਥਿਆਰ ਮੈਂ ਇਸ ਕੰਮ ਵਾਸਤੇ ਰੱਖੇ ਨੇ ਜਿਹੜੇ ਅੰਗਰੇਜ਼ ਅਧਿਕਾਰੀ ਹਕੂਮਤ ਦੇ ਭਾਰਤੀਆਂ ਦੇ ਉੱਤੇ ਜ਼ਬਰ ਜ਼ੁਲਮ ਕਰਦੇ ਨੇ, ਉਹਨਾਂ ਨੂੰ ਸੋਧਣ ਦੇ ਵਾਸਤੇ। ਸਿੱਧਾ ਉਹਨਾਂ ਨੇ ਇਸ ਚੀਜ਼ ਨੂੰ ਇਕਬਾਲ ਕੀਤਾ ਅਤੇ ਇਸ ਕਾਰਨ ਉਹਨਾਂ ਨੂੰ 5 ਸਾਲ ਦੀ ਬਾ ਮੁਸ਼ੱਕਤ ਕੈਦ ਦੀ ਸਜ਼ਾ ਹੋਈ, ਜਿਹੜੀ ਉਹਨਾਂ ਨੇ ਲਾਹੌਰ, ਮੁਲਤਾਨ, ਰਾਵਲਪਿੰਡੀ, ਮੀਆਂਵਾਲੀ ਜੇਲ੍ਹ ਦੇ ਅੰਦਰ ਬਤੀਤ ਕੀਤੀ। ਅਤੇ ਮੁਲਤਾਨ ਜੇਲ੍ਹ ਦੇ ਅੰਦਰ ਹੀ ਸਾਨੂੰ 1931 ਦੇ ਅੰਦਰ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੀ ਸ਼ਹੀਦੀ ਦਾ ਪਤਾ ਲੱਗਿਆ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਤੇ ਉਹਨਾਂ ਨੇ ਬੜੇ ਦਿਨ ਉਦਾਸ ਰਹੇ। ਇੱਥੇ ਉਹਨਾਂ ਦੇ ਮਨ ਵਿੱਚ ਕਈ ਫੁਰਨੇ ਪੈਦਾ ਹੋਏ ਮੁਲਤਾਨ ਜੇਲ੍ਹ ਦੇ ਅੰਦਰ, ਕਿਉਂਕਿ ਉੱਥੇ ਹੋਰ ਵੀ ਸਾਡੇ ਜਿਹੜੇ ਕਿ ਨਾਰਾਜ਼ ਸੀ ਕੈਦੀ ਸਨ ਉਹਨਾਂ ਨੂੰ ਰੱਖਿਆ ਹੋਇਆ ਸੀ। ਉਹਨਾਂ ਦੇ ਮਨ ਵਿੱਚ ਇਹ ਫੁਰਨਾ ਪੈਦਾ ਹੋਇਆ, ਇਹ ਖਿਆਲ ਆਇਆ, ਕਹਿੰਦੇ ਸਾਡੇ ਭਾਰਤੀਆਂ ਦੀ ਜਿਹੜੀ ਇਕਜੁੱਟਤਾ ਨਹੀਂ, ਇਸੇ ਕਰਕੇ ਸਿਰਫ 3 ਲੱਖ ਅੰਗਰੇਜ਼ 35 ਕਰੋੜ ਭਾਰਤੀਆਂ ਦੇ ਉੱਤੇ ਰਾਜ ਕਰੀ ਜਾ ਰਹੇ ਨੇ। ਬਿਲਕੁਲ। ਦੂਜੀ ਗੱਲ, ਉਹਨਾਂ ਨੂੰ ਸ਼ਿਕਵਾ ਸੀ ਇਸ ਗੱਲ ਦਾ ਕਿ ਅੰਗਰੇਜ਼ ਫੌਜ ਦੇ ਅੰਦਰ, ਅੰਗਰੇਜ਼ ਪੁਲਿਸ ਦੇ ਅੰਦਰ, ਅੰਗਰੇਜ਼ ਅਦਾਲਤਾਂ ਦੇ ਅੰਦਰ ਬਹੁਤੇ ਭਾਰਤੀ ਨੇ, ਪਰ ਇਹ ਜਿਹੜੇ ਭਾਰਤੀ ਹੋਣ ਦੇ ਨਾਤੇ ਵੀ ਭਾਰਤੀ ਸੁਤੰਤਰਤਾ ਸੰਗਰਾਮੀਆਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਬਦਸਲੂਕੀ ਕਰਦੇ ਨੇ, ਜ਼ਿਆਦਾ ਜ਼ਬਰ ਜ਼ੁਲਮ ਕਰਦੇ ਨੇ। ਇਹ ਬੜੇ ਸ਼ਿਕਵੇ ਸਨ। ਇੱਥੇ ਮੁਲਤਾਨ ਜੇਲ੍ਹ ਦੇ ਅੰਦਰ ਸਰਦਾਰ ਊਧਮ ਸਿੰਘ ਨੂੰ ਕੋਲੂ ਗੇੜਨ ਦਾ ਅਤੇ ਮੁੰਜ ਕੁੱਟਣ ਦਾ ਕੰਮ ਦਿੱਤਾ ਜਾਂਦਾ। ਬਿਲਕੁਲ ਸਿੰਘ ਸਾਹਿਬ, ਬੜਾ ਵੱਡਾ ਇਤਿਹਾਸ ਹੈ। ਤੁਹਾਨੂੰ ਅਸੀਂ ਉਸ ਜੱਦੀ ਘਰ ਦੀਆਂ ਜਿਹੜੀਆਂ ਤਸਵੀਰਾਂ ਵੀ ਦਿਖਾਵਾਂਗੇ, ਜਿਹੜੀਆਂ ਤਸਵੀਰਾਂ ਉਹਦੇ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਇਸ ਜੱਦੀ ਘਰ ਦੇ ਵਿੱਚ ਪੁਰਾਤਤਵ ਵਿਭਾਗ ਤੋਂ ਜੀਤ ਸਿੰਘ ਵੀ ਮੌਜੂਦ ਨੇ, ਕਿਉਂਕਿ ਜਿਹੜਾ ਇਹ ਜੱਦੀ ਘਰ ਹੈ, ਜਾਣੀ ਕਿ ਲੋਕ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਜੋ ਤਸਵੀਰਾਂ ਲੱਗੀਆਂ ਹੋਈਆਂ ਨੇ, ਜੋ ਜੱਦੀ ਘਰ ਹੈ ਉਹ ਦੇਖਣ ਵਾਸਤੇ ਆਉਂਦੇ ਨੇ, ਤਾਂ ਜਿਹੜੀ ਸਾਰੀ ਜਾਣਕਾਰੀ ਆ ਉਹ ਸਾਂਝੀ ਕਰਦੇ ਨੇ। ਇਸ ਵਕਤ ਸਾਡੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਉਹ ਵੀ ਪਹੁੰਚੇ ਨੇ। ਸਿੰਘ ਸਾਹਿਬ, ਕੀ ਕਹਿਣਾ ਚਾਹੁੰਦੇ ਹੋ, ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਇਹਦੀ ਥੋੜ੍ਹੀ ਜਾਣਕਾਰੀ ਸਾਂਝੀ ਕਰੋ ਵੀ ਇਹ ਤਸਵੀਰਾਂ ਦਾ ਇਤਿਹਾਸ ਕੀ ਹੈ, ਇਹ ਕਿਹੜੀ ਕਿਹੜੀ ਤਸਵੀਰ ਹੈ ਅਤੇ ਕਿਹੜੇ ਕਿਹੜੇ ਸੰਦ ਦੇ ਵਿੱਚ ਜਿਹੜਾ ਉਹ ਜਾਣਕਾਰੀ ਜਿਹੜੀ ਸਾਂਝੀ ਕਰ ਰਹੀ ਹੈ ਉਹ। ਇਹ ਤਸਵੀਰਾਂ ਜ਼ਿਆਦਾ ਊਧਮ ਸਿੰਘ ਦੀ ਜੇਲ੍ਹ ਦੇ ਵਿੱਚ ਤੇ ਜੇਲ੍ਹ 'ਚੋਂ ਆਪਦੇ ਦੋਸਤਾਂ ਨੂੰ ਬਾਹਰ ਲਿਖਦੇ ਹੁੰਦੇ ਸੀ। ਉਸ ਟਾਈਮ ਉਹਨਾਂ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਸਰਦਾਰ ਸਿਵ ਸਿੰਘ ਜੌਹਲ ਨੂੰ ਵੀ ਉਹਨਾਂ ਦੇ ਦੋਸਤ ਤੇ ਕਿ ਮੇਰੇ ਕੇਸਾਂ ਦੇ ਉੱਪਰ ਕੋਈ ਫਾਲਤੂ ਪੈਸਾ ਖਰਚ ਨਾ ਕੀਤਾ ਜਾਵੇ, ਤਾਂ ਕਿ ਜੋ ਮੈਂ ਆਪਣਾ ਜਿਹੜਾ ਪੈਸਾ ਇਹ ਦੇਸ਼ ਦੇ ਕੰਮ ਆ ਸਕੇ, ਕਿਸੇ ਗਰੀਬਾਂ ਦੇ ਕੰਮ ਆ ਸਕੇ। ਪਰ ਉਸ ਟਾਈਮ ਉਹਨਾਂ ਨੂੰ ਜਦੋਂ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਗੋਲੀ ਚਲਾਉਣ ਤੋਂ ਬਾਅਦ, ਉਸ ਟਾਈਮ ਉਹਨਾਂ ਦੀ ਤਸਵੀਰ ਅੱਗੇ ਸਾਹਮਣੇ ਹੈ ਜੀ, ਹੱਥਕੜੀ ਲੱਗੀ ਹੋਈ ਹੈ, ਮੁਸਕਰਾ ਰਹੇ ਨੇ, ਉਹਨਾਂ ਨੂੰ ਕੋਈ ਚਿਹਰੇ 'ਤੇ ਉਦਾਸੀ ਨਹੀਂ ਹੈਗੀ। ਮਤਲਬ ਉਹਨਾਂ ਨੂੰ ਖੁਸ਼ੀ ਹੈ ਵੀ ਮੈਂ ਜਿਹੜਾ ਆਪਣੇ ਦੇਸ਼ ਦਾ ਜਿਹੜਾ ਅੱਤਿਆਚਾਰ ਕੀਤਾ ਸੀ ਉਹਦਾ ਬਦਲਾ ਲਿਆ ਗਿਆ। ਉਸ ਟਾਈਮ ਉਹਨਾਂ ਦੇ ਜੋ ਪਾਲਣ ਪੋਸ਼ਣ ਕਰਨ ਵਾਲੇ ਗਿਆਨੀ ਚੰਚਲ ਸਿੰਘ ਜੀ, ਇਹਨਾਂ ਨੇ ਸਭ ਤੋਂ ਉਹਨਾਂ ਨੂੰ ਦਰਬਾਰ ਸਾਹਿਬ ਪਹੁੰਚਾਇਆ, ਜਤੀਮ ਖਾਨੇ ਦਾਖਲ ਕਰਵਾਇਆ, ਕਿਉਂਕਿ ਇਹਨਾਂ ਦੇ ਪਾਲਣ ਪੋਸ਼ਣ ਵਾਲਾ ਪਿੱਛੇ ਕੋਈ ਹੈ ਨਹੀਂ ਜੀ, ਮਾਂ ਬਾਪ ਦੀ ਡੈਥ ਹੋ ਗਈ ਸੀ। ਉਸ ਟਾਈਮ ਫਿਰ ਉਹਨਾਂ ਜਦੋਂ ਜਨਰਲ ਅਡਵਾਇਰ ਨੇ ਇਹਨਾਂ 'ਤੇ ਗੋਲੀ ਚਲਾਈ, ਉਹ ਤਸਵੀਰ ਲੱਗੀ ਹੋਈ ਹੈ ਜਿੱਥੇ ਕੈਸਟਨ ਹਾਲ ਵਿੱਚ ਗੋਲੀ ਚਲਾਈ, ਉਹ ਕੈਸਟਨ ਹਾਲ ਦੀ ਫੋਟੋ ਹੈ। ਜਿਹੜੇ ਇਹਨਾਂ ਦੇ ਦੋਸਤ ਤੇ ਸ਼ਿਵ ਸਿੰਘ ਜੌਹਲ ਤੇ ਉਹਦੀ ਮਿਸਜ ਜਿਹਨਾਂ ਨੂੰ ਚਿੱਠੀਆਂ ਲਿਖਦੇ ਤੇ, ਉਹਨਾਂ ਦੀ ਤਸਵੀਰ ਵੀ ਇੱਥੇ ਲੱਗੀ ਹੋਈ ਹੈ ਜੀ। ਅਤੇ 1937 ਦੇ ਵਿੱਚ ਗੁਰਪੁਰਬ ਮਨਾਇਆ ਗਿਆ ਸੀ ਲੰਡਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ, ਅਤੇ ਉਸ ਗੁਰਪੁਰਬ ਦੇ ਵਿੱਚ ਵੀ ਸ਼ਾਮਲ ਹੋਏ ਸੀ ਸ਼ਹੀਦ ਊਧਮ ਸਿੰਘ, ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਜੀ ਇਸ ਟਾਈਮ 'ਤੇ।
ਬਾਕੀ ਜੋ ਆਪਦੇ ਸਾਈਨ ਕਰਦੇ ਸੀ ਹੱਥ ਨਾਲ, ਰਾਮ ਮੁਹੰਮਦ ਸਿੰਘ ਆਜ਼ਾਦ ਲਿਖਦੇ ਹੁੰਦੇ ਸੀ, ਉਹਨਾਂ ਦੀ ਚਿੱਠੀਆਂ ਦੇ ਵਿੱਚ ਮੁਹੰਮਦ ਸਿੰਘ ਆਜ਼ਾਦ ਦੇ ਸਾਈਨ ਲੱਗੇ ਹੋਏ ਨੇ ਸਾਰੇ। ਸ਼ਹੀਦ ਊਧਮ ਸਿੰਘ ਨੇ ਲਿਖਦੇ ਸੀ ਮੁਹੰਮਦ ਮੁਹੰਮਦ ਸਿੰਘ ਆਜ਼ਾਦ ਲਿਖਦੇ ਹੁੰਦੇ ਸੀ, ਵੀ ਮੈਂ ਇੱਕ ਕੌਮ ਦਾ ਨਹੀਂ, ਮੈਂ ਸਾਰੀਆਂ ਕੌਮਾਂ ਦਾ ਸਾਂਝਾ ਸ਼ਹੀਦ ਹਾਂ, ਮੈਨੂੰ ਇੱਕ ਨਾਮ ਨਾਲ ਨਾ ਜਾਣਿਆ ਜਾਵੇ। ਜੀ ਜੀ, ਅਤੇ ਹੋਰ ਜੇ ਗੱਲ ਕੀਤੀ ਜਾਵੇ ਤਸਵੀਰਾਂ ਦੀਆਂ, ਉਸ ਤੋਂ ਬਾਅਦ ਬਹੁਤ ਹੋਰ ਜਿਹੜੀਆਂ ਬਣੀਆਂ ਲੱਗੀਆਂ ਤਸਵੀਰਾਂ, ਥੋੜ੍ਹੀ ਉਹਦੀ ਵੀ ਜਿਹੜੀ ਜਾਣਕਾਰੀ ਦਿਓ, ਕਿਉਂਕਿ ਜਿਸ ਤਰ੍ਹਾਂ ਇੱਧਰ ਦੀ ਗੱਲ ਕੀਤੀ ਜਾਵੇ, ਕਿਉਂਕਿ ਇੰਗਲੈਂਡ ਸਰਕਾਰ ਨੇ ਜਦੋਂ ਉਹਨਾਂ ਨੂੰ ਕਿਹੜਾ ਅਸਥੀਆਂ ਲੈ ਕੇ ਆਉਂਦੀਆਂ ਸੀ ਤਾਂ ਇੱਥੇ ਜਿਹੜੀਆਂ ਮੌਜੂਦ ਨੇ ਉਹ ਕਿਹੜੀ ਜਗ੍ਹਾ 'ਤੇ ਰੱਖੀਆਂ ਹੋਈਆਂ ਨੇ ਕਿ ਲੋਕ ਦਰਸ਼ਨ ਕਰ ਸਕਦੇ ਨੇ ਉਹ? ਹਾਂਜੀ, ਇਹਨਾਂ ਦੀਆਂ ਅਸਥੀਆਂ ਜਦੋਂ ਇਹਨੂੰ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕੀ ਹੈ, ਕਹਿੰਦਾ ਮੇਰਾ ਸੰਸਕਾਰ ਮੇਰੀ ਜਨਮ ਭੂਮੀ ਸ਼ਨਾਮ ਕੀਤਾ ਜਾਵੇ, ਪਰ ਅੰਗਰੇਜ਼ਾਂ ਨੇ ਉਹਨੂੰ ਉੱਥੇ ਪੈਂਟਲ ਜੇਲ੍ਹ ਦੇ ਵਿੱਚ ਦਫਨਾ ਦਿੱਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ 1974 'ਚ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ, ਇਹਨਾਂ ਦੀਆਂ ਅਸਥੀਆਂ ਉੱਥੋਂ ਬੜੀ ਮਿਹਨਤ ਨਾਲ ਲੈ ਕੇ ਆਏ ਅਤੇ ਇਹਨਾਂ ਦਾ ਸੰਸਕਾਰ ਇੱਥੇ ਸਤਨਾਮ ਦੇ ਸਟੇਡੀਅਮ ਕੋਲ, ਸਟੇਸ਼ਨ ਕੋਲ ਸਟੇਡੀਅਮ ਬਣਿਆ ਹੋਇਆ, ਉੱਥੇ 31 ਜੁਲਾਈ 1974 ਨੂੰ ਸੰਸਕਾਰ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਦੀਆਂ ਅਸਥੀਆਂ ਦੇ ਫੁੱਲ ਵੱਖ ਵੱਖ ਧਰਮਾਂ ਅਨੁਸਾਰ ਹਰਦਪੁਰ ਵੀ ਲਿਜਾਏ ਗਏ, ਕੀਰਤਪੁਰ ਸਾਹਿਬ ਵੀ ਭੇਜੇ ਗਏ ਅਤੇ ਰੋਜ਼ਾ ਸ਼ਰੀਫ ਸਰਹੰਦ ਵੀ ਲਿਜਾਏ ਗਏ, ਕਿਉਂ ਸਾਰੇ ਧਰਮਾਂ ਦਾ ਸਾਂਝਾ ਹੋਣ ਕਰਕੇ ਸਾਰੀ ਜਗ੍ਹਾ ਇਹਨਾਂ ਦੇ ਫੁੱਲ ਭੇਜੇ ਗਏ। ਉਹਨਾਂ ਦੀਆਂ ਬਾਕੀ ਅਸਥੀਆਂ ਸ਼ਹੀਦ ਊਧਮ ਸਿੰਘ ਕਾਲਜ ਦੇ ਵਿੱਚ ਕਲਸ਼ ਦੇ ਵਿੱਚ ਪਾ ਕੇ ਰੱਖੀਆਂ ਗਈਆਂ ਨੇ, ਇੱਕ ਕਲਸ਼ ਅਸੀਂ ਜਲ੍ਹਿਆਂਵਾਲੇ ਬਾਗ ਵਿੱਚ ਵੀ ਰੱਖਿਆ ਹੋਇਆ, ਜੋ ਸੰਗਤਾਂ ਨਸ਼ਮਤ ਹੁੰਦੀਆਂ ਨੇ ਉਹ ਦੇਖਦੀਆਂ ਨੇ। ਜੇਕਰ ਸੰਗਤਾਂ ਉਹਨੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦੀਆਂ ਨੇ, ਇਹ ਜੱਦੀ ਘਰ ਹੈ, ਕਿਉਂਕਿ ਜੇਕਰ ਉਹਨਾਂ ਦੇ ਜਨਮ ਦਿਹਾੜੇ ਦੀ ਗੱਲ ਕੀਤੀ ਜਾਵੇ ਜਾਂ ਸ਼ਹੀਦੀ ਦਿਹਾੜਾ ਆਉਂਦਾ ਹੈ, ਕੀ ਉਹਨੇ ਫਿਰ ਸਮਾਗਮ ਲਿਖ ਕੇ ਜਾਂਦੇ ਨੇ ਕਿ ਲੋਕ ਉਰੇ ਆਉਂਦੇ ਨੇ? ਹਾਂਜੀ, 26 ਦਸੰਬਰ ਨੂੰ ਉਹਨਾਂ ਜਨਮ ਦਿਨ ਮਨਾਇਆ ਜਾਂਦਾ, ਜੋ ਲੋਕਲ ਸੰਸਥਾ ਨੇ ਲੋਕਲ ਮਨਾਉਂਦੀਆਂ ਨੇ, ਅਤੇ ਜਾਂ ਸ਼ਹੀਦੀ ਦਿਹਾੜਾ ਉਹ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਂਦਾ, ਦਾਣਾ ਮੰਡੀ 'ਚ ਮਨਾਇਆ ਜਾਂਦਾ ਦੀ ਹੁਣ ਪੈਲਸਾਂ ਵਿੱਚ ਮਨਾਇਆ ਜਾਂਦਾ, ਅਤੇ ਉਹਨਾਂ ਦਾ ਹਰੇਕ ਸਾਲ ਪੰਜਾਬ ਸਰਕਾਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਅਤੇ ਇਹ ਜੇਕਰ ਘਰ ਦੀ ਗੱਲ ਕੀਤੀ ਜਾਵੇ, ਜੱਦੀ ਘਰ ਹੈ, ਕਿੰਨਾ ਕੁ ਸਮਾਂ ਰੱਖਿਆ ਗਿਆ ਜੇਕਰ ਕੋਈ ਉਰੇ ਦੇਖਣ ਵਾਸਤੇ ਆਉਣਾ ਚਾਹੁੰਦਾ, ਕਿ ਪੁਰਾਤਤਵ ਵਿਭਾਗ ਵੱਲੋਂ ਕੋਈ ਸਮਾਂ ਨਿਰਧਾਰਤ ਕੀਤਾ ਗਿਆ, ਇੰਨੇ ਤੋਂ ਲੈ ਕੇ ਇੰਨੇ ਵਜੇ ਤੱਕ ਖੋਲ੍ਹਣਾ ਅਤੇ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਬੰਦ ਕਰਨਾ, ਵੀ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰ ਸਕਦੀਆਂ? ਹਾਂਜੀ, ਪੁਰਾਤਤਵ ਵਿਭਾਗ ਵੱਲੋਂ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੁੰਦਾ, ਜੇ ਕੋਈ ਸਰਕਾਰੀ ਛੁੱਟੀ ਆਵੇ ਉਸ ਦਿਨ ਤਾਂ ਬੰਦ ਹੁੰਦਾ, ਬਾਕੀ ਦਿਨ ਖੁੱਲ੍ਹਾ ਹੁੰਦਾ ਜੀ ਇਹ 9 ਤੋਂ 5। ਇੱਥੇ ਵਿਜ਼ਟਰ ਬੁੱਕ ਲੱਗੀ ਹੋਈ ਹੈ, ਜੋ ਦਰਸ਼ਕ ਆਉਂਦੇ ਨੇ ਆਪਦੀ ਐਂਟਰੀ ਪਾ ਕੇ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਚਲ, ਮੇਰਾ ਲਾਸਟ ਸਵਾਲ ਹੈ, ਕਿਉਂਕਿ ਹੁਣ ਜਿਹੜਾ ਪਰਿਵਾਰ ਤਾਂ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਕੋਈ ਹੈ ਨਹੀਂ ਹੈ, ਅਤੇ ਜਿਹੜਾ ਘਰ ਹੈ ਕੀ ਹੁਣ ਸਰਕਾਰ ਦੇ ਅੰਡਰ ਹੈ ਕਿ ਪੁਰਾਤਤਵ ਵਿਭਾਗ ਦੇ ਅੰਡਰ ਹੈ, ਕਿਹਦੇ ਅੰਡਰ ਆ ਰਿਹਾ ਜਿਹੜਾ ਕਿ ਇਹਦੀ ਦੇਖਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ? ਇਹ ਪੰਜਾਬ ਸਰਕਾਰ ਦਾ ਪੁਰਾਤਤਵ ਵਿਭਾਗ ਇਹਦੀ ਦੇਖਭਾਲ ਸਨ 2000 ਤੋਂ ਕਰ ਰਿਹਾ, ਉਸ ਤੋਂ ਪਹਿਲਾਂ ਇੱਕ ਕਲੱਬ ਕੋਲ ਹੁੰਦਾ ਸੀ, ਜਦੋਂ ਗੌਰਮੈਂਟ ਨੇ ਸਾਹਮਣੇ ਉਸ ਤੋਂ ਉਹਦੀ ਲਗਾਤਾਰ ਦੇਖਭਾਲ ਪੁਰਾਤਤਵ ਵਿਭਾਗ ਆਪਦੇ ਵੱਲੋਂ ਕਰ ਰਿਹਾ ਜੀ। ਠੀਕ ਹੈ, ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ, ਸਨਾਮ ਦੀ ਉਹ ਸ਼ਹੀਦਾਂ ਦੀ ਧਰਤੀ ਦੇ ਵਿਖੇ ਪਹੁੰਚੇ ਹਾਂ, ਅਤੇ ਜੇਕਰ ਗੱਲ ਕੀਤੀ ਜਾਵੇ ਸ਼ਹੀਦ ਊਧਮ ਸਿੰਘ ਜੀ ਦੀ, ਤਾਂ ਉਹਨਾਂ ਨੇ ਜਿਹੜਾ 6 ਕੇ 7 ਸਾਲ ਦਾ ਸਮਾਂ ਸੀ ਉਹ ਇਸ ਜਗ੍ਹਾ ਦੇ ਉੱਪਰ ਬਿਤਾਇਆ, ਤਾਂ ਜਿਹੜੇ ਇੱਥੇ ਦੇ ਲੋਕ ਨੇ, ਇੱਥੇ ਦੇ ਵਸਨੀਕ ਨੇ, ਤਾਂ ਉਹ ਜਿਹੜਾ ਜ਼ਿਆਦਾ ਜਾਣਕਾਰੀ ਜਿਹੜਾ ਸਾਂਝੀ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਉਹ ਸਾਰਾ ਜਿਹੜਾ ਦ੍ਰਿਸ਼ ਆ ਉਹ ਦੇਖਿਆ ਹੋਇਆ। ਸਾਬਕਾ ਸਰਪੰਚ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਉਹ ਯਾਦ ਜਿਹੜੀ ਤਾਂ ਸਾਂਝੀ ਕਰੋ, ਜਿਹੜੀ ਸ਼ਹੀਦ ਊਧਮ ਸਿੰਘ ਜਿਹੜੇ ਇਸ ਜਗ੍ਹਾ ਦੇ ਉੱਪਰ 6 ਕੇ 7 ਸਾਲ ਦਾ ਸਮਾਂ ਬਤੀਤ ਕਰਦੇ ਸੀ। ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਜੀ, ਮੇਰੇ ਚਾਚਾ ਜੀ ਹੁੰਦੇ ਸੀ ਭਗਤ ਸਿੰਘ ਭਗਤੂ ਜੀ, ਭਗਤੂ ਕਹਿੰਦੇ ਸੀ ਉਹਨੂੰ, ਊਧਮ ਸਿੰਘ ਦੇ ਬਹੁਤ ਮਿੱਤਰ ਸੀ ਬਚਪਨ ਤੋਂ। ਊਧਮ ਸਿੰਘ ਲਾਸਟ ਵਾਰ ਨਾ ਜਦੋਂ ਲਾਸਟ ਵਾਰ ਸੁਨਾਮ ਆਏ ਆ, ਉਹ ਲੋਹੜੀ ਮਨਾਉਣ ਵਾਸਤੇ ਸੁਨਾਮ ਆਏ ਸੀ ਜੀ। ਲੋਹੜੀ ਦਾ ਤਿਉਹਾਰ ਸੀ, ਲੋਹੜੀ ਦੇ ਉੱਤੇ ਸਾਰਿਆਂ ਨੇ ਇਕੱਠੇ ਰਲ ਮਿਲ ਕੇ ਰਿਓੜੀਆਂ ਵੱਡੀਆਂ ਅਤੇ ਮੁਫਲੀਆਂ ਵੰਡੀਆਂ, ਖਾਇਆ ਪਿਆ ਉਹਨੂੰ, ਸਭ ਕੁਛ ਕਰਿਆ, ਅਤੇ ਸਵੇਰੇ
ਜਿਹੜਾ ਭਗਤ ਸਿੰਘ ਉਹ ਆਪਣੇ ਖੇਤ ਜਾ ਕੇ ਨਾ ਬੀਜੇ ਵਾਲਾ ਖੇਤ ਹੈ ਕਿਸਾਨ ਦੇ ਨਾਲ 2 ਕਿਲੋਮੀਟਰ 'ਤੇ ਜੀ ਜੀ ਉਹ ਹਲਟ ਚਲਾ ਰਿਹਾ ਸੀ ਆਪਣਾ ਪਾਣੀ ਲਾ ਰਹੀ ਸੀ ਪੌਂਡੀ ਨੂੰ ਅਤੇ ਊਧਮ ਸਿੰਘ ਨਾ ਅੰਗਰੇਜ਼ ਜ਼ਮਾਨੇ ਵਿੱਚ ਉਸ ਤਰ੍ਹਾਂ ਟੋਪੀ ਲੈ ਕੇ ਉਹੀ ਕੋਟ ਪਾ ਕੇ ਸਾਰਾ ਹੱਥ ਮੈਂ ਛੱਡੀ ਲੈ ਕੇ ਅੰਗਰੇਜ਼ਾਂ ਵਾਲੀ ਉਹਨੂੰ ਮਿਲਣ ਬਾਅਦ ਖੇਤ ਗਿਆ ਬੀਜੇ ਵਾਲੇ ਖੇਤ 'ਤੇ ਉਹ ਜਦੋਂ ਭਗਤ ਸਿੰਘ ਭਗਤ ਉਹਨੇ ਦੇਖਿਆ ਨਹੀਂ ਵੀ ਕੋਈ ਅੰਗਰੇਜ਼ ਆ ਰਹੇ ਆ ਉਹ ਡਰ ਗਿਆ ਦੇਖ ਕੇ ਵੀ ਅੰਗਰੇਜ਼ ਕਿਤੇ ਮੈਨੂੰ ਕੋਈ ਡਾਂਡਰ ਨਾ ਲਾਵੇ ਕਿਤੇ ਉਹਨੂੰ ਦੇਖ ਕੇ ਨਾ ਛੱਡ ਕੇ ਹਲਟ ਚੱਲਦਾ ਪੌਂਡੀ 'ਚ ਵੜਨ ਲੱਗਿਆ ਜਾ ਕੇ ਅੱਛਾ ਜੀ ਊਧਮ ਸਿੰਘ ਨੇ ਆਵਾਜ਼ ਮਾਰੀ ਦੂਰੋਂ ਕਹਿੰਦਾ ਰੁਕੋਏ ਰੁਕ ਅੱਛਾ ਅੰਗਰੇਜ਼ਾਂ ਵਾਲੀ ਬੋਲੀ 'ਚ ਕਹਿੰਦਾ ਰੁਕ ਨਹੀਂ ਮੈਂ ਗੋਲੀ ਮਾਰ ਦੂੰਗਾ ਉਹ ਭਗਤ ਸਿੰਘ ਡਰ ਕੇ ਹੱਥ ਖੜ੍ਹੇ ਕਰ ਲਏ ਉਹਨੇ ਉਰੇ ਆ ਕਹਿੰਦਾ ਉਹ ਜਦੋਂ ਨੇੜੇ ਆ ਕੇ ਜਾਂ ਹੱਥ ਖੜ੍ਹੇ ਕਰਕੇ ਆਇਆ ਉਹਦੇ ਬਰਾਬਰ ਮੂਹਰੇ ਖੜ੍ਹ ਗਿਆ ਬਿਲਕੁਲ ਸਾਹਮਣੇ ਆ ਕੇ ਊਧਮ ਸਿੰਘ ਹੱਸ ਪਿਆ ਉਹਨੂੰ ਦੇਖ ਕੇ ਹੱਸਣ ਤੋਂ ਬਾਅਦ ਕਹਿੰਦਾ ਉਹ ਭਗਤ ਤੂੰ ਮੈਨੂੰ ਪਹਿਚਾਣਿਆ ਨਹੀਂ ਜੋ ਉਹਨੇ ਦੇਖਿਆ ਕਹਿੰਦਾ ਉਹਦੇ ਤੂੰ ਕਹਿੰਦਾ ਯਾਰ ਮੈਨੂੰ ਹੁਣ ਖੁਸ਼ੀ ਆ ਤੂੰ ਮੇਰਾ ਜੀਰੀ ਦੋਸਤ ਨੇ ਮੈਨੂੰ ਪਛਾਣ ਸਕਿਆ ਉਹ ਸਾਰੇ ਮੈਨੂੰ ਕਿਆ ਪਛਾਣਿਆ ਇਹ ਉਹਦੀ ਯਾਦ ਸੀ ਜੀ ਉਦੋਂ ਸੀ ਪੁਰਾਣੀ ਯਾਦ ਸੀ ਅਤੇ ਮੈਂ ਤੁਹਾਡੇ ਦੇ ਇੱਕ ਛੋਟੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਅਤੇ ਸੈਂਟਰ ਸਰਕਾਰ ਨੂੰ ਜੀ ਜਿਸ ਤਰ੍ਹਾਂ ਸੀ ਦਿਆਨ ਸਰਦਾਰ ਊਧਮ ਸਿੰਘ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਆਪਣੇ 21 ਸਾਲ 11 ਮਹੀਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾਤੀ ਉਸਨੇ ਅਤੇ ਆਪਣੀ ਜਵਾਨੀ ਵੀ ਕੁਰਬਾਨ ਕਰਤੀ ਸਾਡੇ ਭਾਰਤ ਵਾਸੀਆਂ ਵਾਸਤੇ ਅਤੇ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਬਾਬਾ ਅੰਬੇਦਕਰ ਜੀ ਸਾਡੇ ਸਤਿਕਾਰਯੋਗ ਨੇ ਭਗਤ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਸਾਡਾ ਸਿਰ ਝੁਕਦਾ ਉਹਨਾਂ ਚਰਨਾਂ 'ਚ ਜਿਹਨਾਂ ਵੀ ਸ਼ਹੀਦਾਂ ਨੇ ਊਧਮ ਸਿੰਘ ਵਾਂਗੂ ਕੁਰਬਾਨੀ ਕੀਤੀ ਹੈ ਇਸ ਕੌਮ ਲਈ ਉਹ ਸਾਰੇ ਸਤਿਕਾਰਯੋਗ ਆ ਸਿਰ ਝੁਕਾਉਣੇ ਆ ਜਿੱਥੇ 2 ਫੋਟੋਆਂ ਲਾਈਆਂ ਨੇ 3 ਫੋਟੋ ਊਧਮ ਸਿੰਘ ਦੀ ਵੀ ਸਰਕਾਰੀ ਦਫ਼ਤਰਾਂ 'ਚ ਲਾਈ ਜਾਵੇ ਮਾਣ ਸਤਿਕਾਰ ਦਿੱਤਾ ਜਾਵੇ ਮਾਣ ਸਰਕਾਰ ਦਿੱਤਾ ਜਾਵੇ ਇਲਾਕੇ ਦਾ ਮਾਣ ਸਨਮਾਨ ਅਤੇ ਪੰਜਾਬ ਦਾ ਮਾਣ ਸਨਮਾਨ ਹੋਵੇਗਾ ਦੂਜੀ ਬੇਨਤੀ ਤੁਹਾਡੇ ਜ਼ਰੀਏ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਾਂਗਾ ਵੀ ਜੋ ਊਧਮ ਸਿੰਘ ਦੀ ਅੱਜ ਵੀ ਨਿਸ਼ਾਨੀਆਂ ਲੰਡਨ ਵਿੱਚ ਪਈਆਂ ਨੇ ਚਾਹੇ ਉਹਨਾਂ ਦਾ ਕੋਟ ਪਿਆ ਚਾਹੇ ਉਹਨਾਂ ਦਾ ਪਿਸਟਲ ਪਿਆ ਚਾਹੇ ਉਹਨਾਂ ਦੀ ਜੋ ਵੀ ਬੂਟ ਵਗੈਰਾ ਪਾਇਆ ਉਹ ਕਿਰਪਾ ਕਰਕੇ ਸੁਨਾਮ ਲਿਆਉਂਦੇ ਜਾਣ ਅਤੇ ਮਿਊਜ਼ੀਅਮ 'ਚ ਰੱਖੀਆਂ ਜਾਣ ਜੋ ਸੰਗਤਾਂ ਦੂਰੋਂ ਨੇੜੇ ਆਉਂਦੇ ਦਰਸ਼ਨ ਕਰਨ ਵਾਸਤੇ ਉਹ ਦਰਸ਼ਨ ਕਰਨ ਉਹਨਾਂ ਦੀ ਯਾਦ ਤਾਜ਼ਾ ਬਣੀ ਰਹੇ ਅਤੇ ਸਾਨੂੰ ਮਾਣ ਸਨਮਾਨ ਮਿਲ ਗਿਆ ਇਸ ਗੱਲ ਦਾ ਸੋ ਇੰਨਾ ਕੁਛ ਕਹਿੰਦਾ ਮੈਂ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਅਸੀਂ ਉਸ ਜੱਦੀ ਘਰ ਵਿਖੇ ਪਹੁੰਚੇ ਹੈ ਜਿਨ੍ਹਾਂ ਦਾ ਜਿਹੜਾ ਵੱਡਾ ਇਤਿਹਾਸ ਹੈ ਵੱਡੀ ਜਿਹੜੀ ਕੁਰਬਾਨੀ ਹੈ ਯਾਨੀ ਕਿ ਸ਼ਹੀਦ ਊਧਮ ਸਿੰਘ ਜੀ ਦੀ ਤਾਂ ਉਹਨਾਂ ਦੇ ਘਰ ਦੀ ਜਿਹੜੀ ਸਾਰੀ ਤੁਹਾਨੂੰ ਤਸਵੀਰ ਆ ਉਹ ਅਸੀਂ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਘਰ ਦੇ ਵਿੱਚ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਜੋ ਕਿ ਇਤਿਹਾਸ ਜਿਹੜਾ ਗਵਾਹ ਹੈ ਉਹ ਕੱਲੀ ਤਸਵੀਰ ਜਿਹੜੀ ਹੈ ਇਤਿਹਾਸ ਦੇ ਨਾਲ ਜਿਹੜੀ ਹੈ ਉਹ ਜੁੜੀ ਹੋਈ ਹੈ ਸਿੰਘ ਸਾਹਿਬ ਜਿਹੜੀਆਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਨੇ ਤਾਂ ਉਹਦਾ ਥੋੜ੍ਹੀ ਜਾਣਕਾਰੀ ਸਾਂਝੀ ਕਰੋ ਉਹ ਤਸਵੀਰ ਦਾ ਮਹੱਤਵ ਕੀ ਹੈ ਕਿਉਂਕਿ ਲੋਕ ਉਰੇ ਆਉਂਦੇ ਨੇ ਕਿ ਉਹਨਾਂ ਨੂੰ ਜਾਣਕਾਰੀ ਹੈਗੀ ਵੀ ਬਾਕੀ ਇਹ ਤਸਵੀਰ ਦਾ ਮਹੱਤਵ ਕੀ ਹੈ ਕਿ ਉਸ ਤਸਵੀਰ ਦੀ ਜਿਹੜੀ ਜਾਣਕਾਰੀ ਕੀ ਹੈ ਵੀ ਕਿਉਂ ਲਗਾਈਆਂ ਗਈਆਂ ਨੇ ਉਹ ਦੇਖੋ ਜਿਹੜੀ ਸਰਦਾਰ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਪ੍ਰਤਿਗਿਆ ਕੀਤੀ ਸੀ ਕਿ ਮੈਂ ਇਸ ਮਾਈਕਲ ਉਡਵੈਦ ਤੋਂ ਬਦਲਾ ਲਵਾਂਗਾ ਦੇਸ਼ ਦੀ ਆਜ਼ਾਦੀ ਲਈ ਉਹ ਉਸ ਦਿਨ ਤੋਂ ਇਸੇ ਲਗਨ ਦੇ ਅੰਦਰ ਰਿਹਾ ਸੰਨ 1932 ਦੇ ਅੰਦਰ ਉਹਨਾਂ ਰਿਹਾਅ ਹੋ ਕੇ ਮੁਲਤਾਨ ਦੀ ਜੇਲ੍ਹ ਵਿੱਚੋਂ ਨਵਾਂ ਪਾਸਪੋਰਟ ਬਣਵਾਇਆ ਊਧਮ ਸਿੰਘ ਦੇ ਨਾਮ 'ਤੇ ਪਹਿਲਾਂ ਉਹਨਾਂ ਦਾ ਨਾਮ ਸ਼ੇਰ ਸਿੰਘ ਹੈ ਫਿਰ ਹਾਂ ਅੰਮ੍ਰਿਤ ਛਕਣ ਤੋਂ ਬਾਅਦ ਉਦੈ ਸਿੰਘ ਨਾਮ ਹੋਇਆ ਉਹਨਾਂ ਦਾ ਊਧਮ ਸਿੰਘ ਦੇ ਨਾਮ 'ਤੇ ਪਾਸਪੋਰਟ ਬਣਵਾਇਆ ਇੰਗਲੈਂਡ ਪਹੁੰਚੇ ਇੰਗਲੈਂਡ ਜਾ ਕੇ ਆਪਣੇ ਉਸ ਕਾਤਲ ਨੂੰ ਲੱਭਿਆ ਪਤਾ ਲੱਗਾ ਕਿ ਜਨਰਲ ਡਾਇਰ 1927 ਦੇ ਅੰਦਰ ਅਧਰੰਗ ਨਾਲ ਉਹਦੀ ਮੌਤ ਹੋ ਚੁੱਕੀ ਹੈ ਪਰ ਜਿਹੜਾ ਮਾਈਕਲ ਅਡਵੈਰ ਹੈ ਉਹ ਅਜੇ ਵੀ ਦੰਡ ਦਿਨਾਉਂਦਾ ਫਿਰਦਾ ਪਤਾ ਕੱਢ ਲਿਆ ਉਸਦਾ ਇੱਥੋਂ ਤੱਕ ਵੀ ਦੱਸਦੇ ਨੇ ਕਿ ਊਧਮ ਸਿੰਘ ਮਾਈਕਲ ਉਡਵੈਦ ਦੀ ਕਾਰ ਡਰਾਈਵਰ ਵੀ ਬਣ ਗਿਆ ਪਰ ਉਸਨੇ ਇਹੋ ਜਿਹਾ ਮੌਕਾ ਕਿਤੇ ਨਹੀਂ ਕੀਤਾ ਵੀ ਮੈਂ ਬੜੇ ਮੌਕੇ ਸਨ ਉਸ ਨੂੰ ਮਾਰਨ ਦੇ ਪਰ ਉਹਨੇ ਬਿਲਕੁਲ ਨਹੀਂ ਕੀਤਾ ਉਹ ਚਾਹੁੰਦਾ ਸੀਗਾ ਨਹੀਂ ਇੱਦਾਂ ਨਹੀਂ ਕਿਉਂਕਿ ਇਹ ਲੰਡਨ ਦੇ ਅੰਦਰ ਅੰਗਰੇਜ਼ਾਂ ਕੋਲ ਕਿਤਨੇ ਭਾਰਤੀ ਨੌਕਰੀਆਂ ਕਰਦੇ ਨੇ ਜੇ ਮੈਂ ਇਹ ਕੰਮ ਕੀਤਾ ਤਾਂ ਉਹਨਾਂ 'ਤੇ ਉੱਤੇ ਰੁਜ਼ਗਾਰ ਛੁੱਟ ਜਾਣਾ ਉਹਨਾਂ 'ਤੇ ਬੇਵਿਸ਼ਵਾਸੀ ਹੋ ਜਾਣੀ ਹੈ ਅਤੇ ਇਸ ਕਰਕੇ ਲੰਬਾ ਸੋਚ ਕੇ ਦੂਜਾ ਇਹ ਕਿ ਮੇਰਾ ਇਹ ਕ੍ਰਾਂਤੀਕਾਰੀ ਕਾਰਨਾਮਾ ਸਾਰੀ ਦੁਨੀਆ ਦੇਖੇ ਅਤੇ ਅੰਗਰੇਜ਼ ਸਰਕਾਰ ਇਸ ਤੋਂ ਸਬਕ ਸਿੱਖੇ ਮੌਕਾ ਮਿਲਿਆ 13 ਮਾਰਚ 1940 ਦਾ
ਪਹੁੰਚਿਆ ਸਰਦਾਰ ਊਧਮ ਸਿੰਘ ਉਸ ਕੈਕਸਟਨ ਹਾਲ ਦੇ ਅੰਦਰ, ਉਸ ਮੀਟਿੰਗ ਦੇ ਅੰਦਰ, ਜਿਹੜੇ ਮਾਈਕਲ ਉਡਵੈਰ ਭਾਰਤ ਦੇ ਖਿਲਾਫ, ਭਾਰਤੀਆਂ ਦੇ ਖਿਲਾਫ ਇੱਥੋਂ ਤੀਕਰ ਬੋਲਿਆ ਕਿ ਤੁਸੀਂ ਭਾਰਤ ਨੂੰ ਆਜ਼ਾਦੀ ਦੇਣ ਦੀ ਗੱਲ ਕਰਦੇ ਹੋ, ਇਹ ਲਾਤੋ ਕੇ ਬੂਤ ਹੈ, ਬਾਤ ਤੁਸੀਂ ਸਮਝਣ ਵਾਲੇ, ਮੈਨੂੰ ਦੁਆਰਾ ਭੇਜੋ, ਮੈਂ ਇਹਨਾਂ ਨੂੰ 1919 ਦੇ ਅੰਦਰ ਜਲਿਆਂ ਵਾਲੇ ਬਾਗ ਦੇ ਅੰਦਰ ਐਸਾ ਸਬਕ ਸਿਖਾਇਆ ਸੀ ਕਿ ਹੁਣ ਤੀਕਰ ਯਾਦ ਕਰਦੇ ਨੇ ਊਧਮ ਸਿੰਘ ਦੇ ਮਨ ਵਿੱਚ। ਹਾਂ, ਸਾਡੇ ਹੁਣ ਤੀਕਰ ਯਾਦ ਹੈ, ਉਹ ਤੇਰਾ ਕੀਤਾ ਕਤਲੋ ਗਾਰਤ ਦਾ ਸਾਰਾ ਜ਼ੁਲਮ ਜ਼ਬਰ ਯਾਦ ਹੈ। ਅਤੇ ਉਸ ਵੇਲੇ ਤੈਸ਼ ਵਿੱਚ ਆ ਕੇ ਸਰਦਾਰ ਊਧਮ ਸਿੰਘ ਨੇ 6 ਗੋਲੀਆਂ ਦਾ ਦਾਗ ਦਿੱਤੀਆਂ, 2 ਮਾਈਕਲ ਉਡਵੈਰ ਦੀ ਛਾਤੀ ਵਿੱਚ, 2 ਗੋਲੀਆਂ ਲਾਰਡ ਜ਼ੀਟਲੈਂਡ ਦੇ, 1 ਗੋਲੀ ਲੂਇਸ ਡੇਨ ਦੇ, ਅਤੇ 1 ਗੋਲੀ ਲਾਰਡ ਲਮਿੰਗਟਨ ਦੇ, ਕਿਉਂਕਿ ਸਾਰਿਆਂ ਨੇ ਹੀ ਭਾਰਤ ਵਿਰੋਧੀ ਉੱਥੇ ਤਕਰੀਰਾਂ ਕੀਤੀਆਂ ਸਨ, ਸਾਰੇ ਹੀ ਭਾਰਤ ਵਿਰੋਧੀ ਇਸ ਚਨਾਲ ਚੌਂਕੜੀ ਸੀ। ਹੁਣ ਜਿਹੜੀ ਆ ਚਿੱਠੀਆਂ ਦੀ ਗੱਲ ਹੈ, ਜੇ ਊਧਮ ਸਿੰਘ ਚਾਹੁੰਦਾ ਤਾਂ ਬੜੇ ਆਰਾਮ ਦੇ ਨਾਲ ਫਰਾਰ ਹੋ ਸਕਦਾ ਸੀ, ਪਰ ਉਹ ਫਰਾਰ ਨਹੀਂ ਹੋਇਆ, ਗ੍ਰਿਫਤਾਰ ਹੋਇਆ। ਕਿਉਂ? ਉਹ ਚਾਹੁੰਦਾ ਸੀ ਕਿ ਅਦਾਲਤ ਦੇ ਮੰਚ 'ਤੇ ਖਲੋ ਕੇ ਮੈਂ ਪੂਰੀ ਦੁਨੀਆ ਨੂੰ ਦੱਸਾਂ ਕਿ ਬਰਤਾਨੀਆ ਸਰਕਾਰ ਸਾਡੇ ਭਾਰਤੀਆਂ ਦੇ ਉੱਤੇ ਕਿਸ ਤਰ੍ਹਾਂ ਦਾ ਜ਼ਬਰ ਜ਼ੁਲਮ ਕਰ ਰਹੀ ਹੈ। ਗ੍ਰਿਫਤਾਰ ਕੀਤਾ ਗਿਆ, ਮੁਕੱਦਮਾ ਚੱਲਿਆ, ਰਿਮਾਂਡ ਹੋਇਆ, ਰਿਮਾਂਡ ਦੇ ਅੰਦਰ ਬਹੁਤ ਟਾਰਚਰ ਕੀਤਾ ਗਿਆ ਪੁੱਛਣ ਵਾਸਤੇ, ਪਰ ਉਹਨੇ ਸਾਰਾ ਤਸ਼ੱਦਦ ਤਾਂ ਆਪਣੇ ਪਿੰਡੇ 'ਤੇ ਚੱਲ ਲਿਆ, ਲੇਕਿਨ ਕਿਸੇ ਦਾ ਨਾਮ ਨਹੀਂ ਲਿਆ। ਥੋੜ੍ਹਾ ਜਾਣਕਾਰੀ ਦਿਓ, ਅਸਥੀਆਂ ਦੀ ਬੜੀ ਗੱਲ ਕੀਤੀ ਜਾਂਦੀ ਕਿ ਇੰਗਲੈਂਡ ਸਰਕਾਰ ਦੀਆਂ ਉਸ 'ਤੇ ਉਹ ਇਹਨਾਂ ਦੇ ਪਰਿਵਾਰ ਨੂੰ ਸੌਂਪੀਆਂ ਗਈਆਂ ਸੀ ਜਾਂ ਨਹੀਂ, ਉਹ ਕਿਹੜੇ ਸੰਦ ਦੇ ਵਿੱਚ ਸੀ ਉਹ? ਇਸ ਗੱਲ ਨੂੰ ਪੂਰੀ ਕਰ ਲਵਾਂ ਕਿ ਉਸ ਤੋਂ ਬਾਅਦ ਬ੍ਰਿਕਸਟਨ ਜੇਲ੍ਹ ਵਿੱਚੋਂ ਉਹਨਾਂ ਨੇ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ ਚਿੱਠੀਆਂ ਲਿਖੀਆਂ, ਉਹ ਚਿੱਠੀਆਂ ਇੱਥੇ ਸਾਰੀਆਂ ਲਗਾਈਆਂ ਹੋਈਆਂ ਨੇ। ਹਾਂ, ਥੋੜ੍ਹਾ ਇਹਨਾਂ ਚਿੱਠੀਆਂ ਦੇ ਵਿੱਚ ਉਸ ਮੌਕੇ ਦੀਆਂ ਗੱਲਾਂ, ਅਦਾ ਜੇਲ੍ਹ ਦੀ ਅੰਦਰਲੀਆਂ ਗੱਲਾਂ, ਜਾਂ ਕਿਸੇ ਤੋਂ ਕਿਤਾਬਾਂ ਮੰਗਣ ਦੀ ਗੱਲ, ਕਿਸੇ ਤੋਂ ਗੁਟਕਾ ਮੰਗਣ ਦੀ ਗੱਲ ਆਪਣੇ ਮਿੱਤਰਾਂ ਤੋਂ। ਵੱਡੀ ਗੱਲ ਉਸਨੇ ਊਧਮ ਸਿੰਘ ਨੇ ਆਪਣੀ ਚਿੱਠੀ ਵਿੱਚ ਇੱਕ ਵਿੱਚ ਇਹ ਵੀ ਲਿਖਿਆ ਕਿ ਮੇਰੇ ਅੰਜਾਮ ਦਾ ਮੈਨੂੰ ਪਤਾ, ਇਹ ਮੁਕੱਦਮਾ ਬੜਾ ਮਹਿੰਗਾ ਅਤੇ ਇਸ ਕਰਕੇ ਮੈਨੂੰ ਇਸ ਦਾ ਕੋਈ ਡਰ ਨਹੀਂ, ਮੈਂ ਮਰਨ ਤੋਂ ਨਹੀਂ ਡਰਦਾ, ਪਰ ਤੁਸੀਂ ਮੇਰੇ ਮੁਕੱਦਮੇ 'ਤੇ ਪੈਸਾ ਖਰਚ ਨਾ ਕਰੋ, ਇਹ ਪੈਸਾ ਲੋੜਵੰਦ ਗਰੀਬਾਂ ਦੀ ਪੜ੍ਹਾਈ 'ਤੇ ਖਰਚ ਕਰੋ। ਅਤੇ ਵੱਡਾ ਉਹਦਾ ਨਜ਼ਰੀਆ ਸੀ ਕਿ ਨਜਾਇਜ਼ ਦਾ ਪੈਸਾ ਨਹੀਂ, ਸਾਡੀ ਕੌਮ ਪੜ੍ਹੇ ਲਿਖੇ, ਯਾਨੀ ਕਿ ਕੋਰਟਾਂ ਦੇ ਕਚਹਿਰੀਆਂ ਦੇ ਵਿੱਚ ਫਾਲਤੂ ਜਿਹੜਾ ਪੈਸਾ ਨਾ ਖਰਚਿਆ ਜਾਵੇ, ਕਿਉਂਕਿ ਉਹ ਜਿਹੜਾ ਪੈਸਾ ਉਹ ਗਰੀਬ ਅਤੇ ਲੋੜਵੰਦਾਂ ਦੇ ਜਿਹੜਾ ਮਦਦ ਦੇ ਲਈ ਕੀਤਾ ਜਾਵੇ। ਬਿਲਕੁਲ, 5 ਜੂਨ 1940 ਨੂੰ ਉਹਨਾਂ ਨੂੰ ਐਟਕਿਨਸਨ ਜੱਜ ਨੇ ਸਜ਼ਾਏ ਮੌਤ ਦਿੱਤੀ ਫਾਂਸੀ ਦੀ। ਬਿਲਕੁਲ, ਅਤੇ ਉਸ ਵੇਲੇ ਉਸਨੇ ਕਿਹਾ ਸੀ, ਉਹਨਾਂ ਨੇ ਇਸੀ ਸ਼ਾਇਦ ਡਰ ਜਾਏਗਾ ਮੌਤ ਦੀ ਸਜ਼ਾ ਸੁਣ ਕੇ, ਲੇਕਿਨ ਸਰਦਾਰ ਊਧਮ ਸਿੰਘ ਨੇ ਭਰੀ ਸਭਾ ਦੇ ਅੰਦਰ ਇਹ ਗੱਲ ਕੀ ਕਿ ਤੇਗੋਂ ਕੇ ਸਾਏ ਮੇਂ ਪਲ ਕਰ ਜਵਾਂ ਹੋਏ, ਇੱਕ ਖੇਲ ਜਾਣਤੇ ਹੈ ਫਾਂਸੀ ਪੇ ਝੂਲ ਜਾਣਾ। ਅਤੇ 31 ਜੁਲਾਈ 1940 ਸਵੇਰੇ 9 ਵਜੇ ਦਿਨ ਬੁੱਧਵਾਰ ਨੂੰ ਸਰਦਾਰ ਊਧਮ ਸਿੰਘ ਨੂੰ ਫਾਂਸੀ ਦੇਣ ਦੀ ਤਿਆਰੀ ਕੀਤੀ ਗਈ। ਜਿਸ ਵੇਲੇ ਕੋਠੜੀ ਵਿੱਚੋਂ ਲਿਆਂਦਾ ਗਿਆ, ਤਾਂ ਜਿਸ ਵੇਲੇ ਜਾ ਰਿਹਾ ਸੀ ਫਾਂਸੀ ਦੇ ਤਖ਼ਤੇ ਵੱਲ, ਤਾਂ ਉਸ ਵੇਲੇ ਵੀ ਸਰਦਾਰ ਊਧਮ ਸਿੰਘ ਇਹ ਉੱਚੀ ਆਵਾਜ਼ ਦੇ ਅੰਦਰ ਗਾਉਂਦਾ ਜਾ ਰਿਹਾ ਸੀ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖ ਲੇਂਗੇ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ। ਤੋ ਇਸ ਮਹਾਨ ਸ਼ਹੀਦ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਉਸ ਵੇਲੇ ਵੀ ਫਿਜ਼ਾ ਦੇ ਅੰਦਰ ਇੱਕ ਆਵਾਜ਼ ਗੂੰਜ ਰਹੀ ਸੀ ਕਿ ਨਾ ਮਰ ਕੇ ਵੀ ਨਿਕਲੇਗੀ ਦਿਲ ਸੇ ਵਤਨ ਕੀ ਉਲਫਤ, ਮੇਰੀ ਮਿੱਟੀ ਸੇ ਵੀ ਖੁਸ਼ਬੂ ਏ ਵਤਨ ਆਏਗੀ। ਬਿਲਕੁਲ, ਆਖਰੀ ਉਸਨੂੰ ਪੁੱਛਿਆ ਗਿਆ ਸੀ, ਆਖਰੀ ਤੁਹਾਡੀ ਇੱਛਾ, ਕਹਿੰਦੇ ਮੇਰੀ ਆਖਰੀ ਇੱਛਾ ਇਹ ਹੈ ਕਿ ਮੇਰੇ ਮ੍ਰਿਤਕ ਸਰੀਰ ਨੂੰ ਮੇਰੇ ਭਾਰਤ, ਮੇਰੀ ਜਨਮ ਭੂਮੀ ਸੁਨਾਮ ਭੇਜ ਦਿੱਤਾ ਜਾਵੇ। ਲੇਕਿਨ ਉਹ ਇਹੀ ਜਗ੍ਹਾ ਸੁਨਾਮ ਦੀ ਜਿੱਥੇ ਆਪਾਂ ਖੜੇ ਹਾਂ, ਅਤੇ ਇਹ ਜਿਹੜੀ ਉਸਦੀ ਆਖਰੀ ਇੱਛਾ ਸੀ ਇਹ ਸੰਨ 1974 ਵਿੱਚ ਪੂਰੀ ਹੋਈ, ਜਦੋਂ ਪੰਜਾਬ ਦੇ CM ਨੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਹਨਾਂ ਨੇ ਵੱਡਾ ਉਪਰਾਲਾ ਕੀਤਾ, ਅਤੇ ਇਹ ਅਸਥੀਆਂ ਇੰਗਲੈਂਡ ਤੋਂ 19 ਜੁਲਾਈ
ਅਤੇ 1934 ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਆਈਆਂ। 3 ਦਿਨ ਕਪੂਰਥਲਾ ਉਸ ਰੱਖੀਆਂ ਗਈਆਂ। ਉੱਥੇ ਸਾਡੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ਰਧਾਂਜਲੀ ਦਿੱਤੀ, ਹੋਰ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਤਸਵੀਰ ਮੌਜੂਦ ਹੈ, ਮਿਲਣਾ ਸਾਹਮਣੇ ਲੱਗੀ ਹੋਈ ਤਸਵੀਰ। ਹਾਂਜੀ ਹਾਂਜੀ। ਉੱਥੋਂ ਫਿਰ ਜਿਹੜਾ ਅਸਥਿਆਂ ਦਾ ਜਲੂਸ ਚੱਲਿਆ ਉਹ 31 ਜੁਲਾਈ ਨੂੰ ਸੁਨਾਮ ਵਿਖੇ ਪਹੁੰਚਿਆ ਅਤੇ ਸੁਨਾਮ ਦੇ ਇਲਾਕੇ ਦੇ ਸਾਰੇ ਸੰਗਤਾਂ ਨੇ ਆਪਣੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ 31 ਜੁਲਾਈ ਨੂੰ 1974 ਇੱਥੇ ਸਟੇਡੀਅਮ ਦੇ ਅੰਦਰ ਉਹਨਾਂ ਦੀਆਂ ਅਸਥਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉੱਥੇ ਯਾਦਗਾਰੀ ਲਾਟ ਬਣਾਈ ਹੋਈ ਹੈ। ਅਤੇ ਬਿਲਕੁਲ ਬਿਲਕੁਲ, ਤੁਸੀਂ ਜਿਹੜਾ ਸਾਰਾ ਇਤਿਹਾਸ ਦੀ ਜਾਣਕਾਰੀ ਦੱਸੀ ਹੈ, ਹੁਣ ਇਸ ਆਪਾਂ ਜੱਦੀ ਘਰ ਦੀ ਗੱਲ ਕੀਤੀ ਜਾਵੇ, ਫਿਰ ਲੋਕ ਦੂਰ ਦੁਰਾਡੇ ਤੋਂ ਦੇਖਣ ਵਾਸਤੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਅਤੇ ਕਿੱਦਾਂ ਦੇ ਪ੍ਰਬੰਧ ਕਿੱਦਾਂ ਨੇ ਕਿ ਪੰਜਾਬ ਸਰਕਾਰ ਵੱਲੋਂ ਨੇ, ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਹੁਣ ਜਿਹੜਾ ਬਿਲਕੁਲ ਖਤਮ ਹੋ ਚੁੱਕਾ, ਪਰਿਵਾਰ ਕੋਈ ਰਿਹਾ ਨਹੀਂ, ਅਤੇ ਫਿਰ ਕਿਵੇਂ ਜਿਹੜਾ ਪ੍ਰਬੰਧ ਚੱਲ ਰਿਹਾ, ਕੌਣ ਚਲਾ ਰਿਹਾ? ਚਲੋ, ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਇਸ ਨੂੰ ਕੌਮੀ ਯਾਦਗਾਰ ਵਜੋਂ ਪ੍ਰਵਾਨਿਤ ਕੀਤਾ ਅਤੇ ਇਹ ਲਗਾਏ ਹੋਏ ਨੇ ਸਰਦਾਰ ਜੀਤ ਸਿੰਘ ਜੀ, ਇਹਨਾਂ ਤੋਂ ਪਹਿਲਾਂ ਸਰਦਾਰ ਸ਼ਿੰਗਾਰਾ ਸਿੰਘ ਜੀ ਸਨ, ਪੁਰਾਤਨ ਵਿਭਾਗ ਵੱਲੋਂ, ਜਿਤਨੇ ਪੁਰਾਤਨ ਵਿਭਾਗ ਵੱਲੋਂ ਜਿਤਨੇ ਵੀ ਦਰਸ਼ਕ ਆਉਂਦੇ ਨੇ ਇਹ ਜਾਣਕਾਰੀ ਦਿੰਦੇ ਨੇ। ਇੱਕ ਅਸੀਂ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਵੱਲੋਂ ਉਹਦਾ ਸੰਖੇਪ ਕਿਤਾਬ ਚਾ ਜੀਵਨ ਬਿਰਤਾਂਤ ਛਪਵਾ ਕੇ ਇਹਨਾਂ ਕੋਲ ਰੱਖਿਆ ਹੋਇਆ, ਹਿੰਦੀ ਪੰਜਾਬੀ ਅੰਗਰੇਜ਼ੀ ਦੇ ਅੰਦਰ, ਵੀ ਜਿਹੜੇ ਵੀ ਭਾਸ਼ਾ ਕੋਈ ਜਾਣਦਾ ਉਹਨਾਂ ਨੂੰ ਜਾਣਕਾਰੀ ਵਾਸਤੇ ਇਹ ਕਿਤਾਬ ਚਾ ਦਿਓ, ਅਤੇ ਬਾਕੀ ਚਿੱਠੀਆਂ ਬਾਰੇ ਸਾਰੀ ਜਾਣਕਾਰੀ ਇੱਥੇ ਦਿੱਤੀ ਜਾਂਦੀ ਹੈ। ਅਤੇ ਇਸ ਤਰੀਕੇ ਦੇ ਨਾਲ ਇਸ ਜੱਦੀ ਘਰ ਦੇ ਅੰਦਰ ਬਹੁਤ ਕੁਝ ਸੰਭਾਲਿਆ ਹੋਇਆ। ਠੀਕ ਹੈ ਸਿੰਘ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਜਿਹੜੀ ਇੰਨੀ ਜਾਣਕਾਰੀ ਦਿੱਤੀ ਹੈ। ਤੁਹਾਡਾ ਵੀ ਧੰਨਵਾਦ, ਅਤੇ ਤੁਹਾਡੇ ਜ਼ਰੀਏ ਇੱਕ ਮੈਂ ਬੇਨਤੀ ਪੰਜਾਬ ਸਰਕਾਰ ਨੂੰ ਕਰਨੀ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਵਾਰ ਵਾਰ ਅਸੀਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਬਾਬਾ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਸਰਕਾਰੀ ਦਫ਼ਤਰਾਂ ਵਿੱਚ ਲਗਾਈ ਜਾਵੇ। ਨੰਬਰ 2, ਜਿਹੜੀ ਸ਼ਹੀਦ ਊਧਮ ਸਿੰਘ ਦੇ 31 ਜੁਲਾਈ ਦੇ ਉੱਤੇ ਛੁੱਟੀ ਬੰਦ ਕੀਤੀ ਹੋਈ ਹੈ, ਇਸ ਛੁੱਟੀ ਨੂੰ 31 ਜੁਲਾਈ ਦੀ ਛੁੱਟੀ ਨੂੰ ਪੰਜਾਬ ਪੱਧਰ 'ਤੇ ਬਹਾਲ ਕੀਤਾ ਜਾਵੇ। 3 ਗੱਲ ਕਿ ਪਿਛਲੀਆਂ ਸਰਕਾਰਾਂ ਸ਼ਹੀਦ ਊਧਮ ਸਿੰਘ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਰਾਜ ਪੱਧਰੀ ਖੁੱਲ੍ਹੇ ਪੰਡਾਲ ਦੇ ਅੰਦਰ ਅਨਾਜ ਮੰਡੀ ਦੇ ਅੰਦਰ ਮਨਾਉਂਦੀਆਂ ਸਨ, ਹਜ਼ਾਰਾਂ ਕੀ ਲੱਖਾਂ ਦੀ ਤਾਦਾਦ ਦੇ ਅੰਦਰ ਕਿ ਇਹਨਾਂ ਦਰਸ਼ਕ ਸ਼ਹੀਦ ਨੂੰ ਆ ਕੇ ਸ਼ਰਧਾਂਜਲੀ ਦਿੰਦੇ ਸਨ। ਲੇਕਿਨ ਮੌਜੂਦਾ ਸਰਕਾਰ ਇੱਕ ਪੈਲਸ ਦੇ ਅੰਦਰ ਵੜ ਕੇ ਇਸ ਮਨਾ ਲੈਂਦੀ ਹੈ, ਆਮ ਲੋਕਾਂ ਨੂੰ ਉੱਥੇ ਸ਼ਿਰਕਤ ਕਰਨ ਦਾ ਮੌਕਾ ਨਹੀਂ ਮਿਲਦਾ। ਸਾਡੀ ਮੰਗ ਹੈ ਕਿ ਪਹਿਲਾਂ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਦਾ ਰਾਜ ਪੱਧਰੀ ਜਿਹੜਾ ਸਮਾਗਮ ਹੈ, ਸ਼ਹੀਦੀ ਸਮਾਗਮ, ਇਹ ਖੁੱਲ੍ਹੇ ਪੰਡਾਲ ਦੇ ਅੰਦਰ ਕੀਤਾ ਜਾਵੇ। ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ। ਸੋ ਬਿਲਕੁਲ, ਅੱਜ ਅਸੀਂ ਤੁਹਾਨੂੰ ਉਹਨਾਂ ਦੇ ਜੱਦੀ ਜਿਹੜਾ ਘਰ ਦਿਖਾਇਆ, ਜੱਦੀ ਜਿਹੜਾ ਸ਼ਹਿਰ ਦਿਖਾਇਆ, ਅਤੇ ਤੁਹਾਨੂੰ ਇਤਿਹਾਸ ਤੋਂ ਜਿਹੜਾ ਜਾਣੂ ਕਰਵਾਇਆ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਤੁਹਾਨੂੰ ਜਿਹੜਾ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।